ਸੈਲਫੀ ਨੇ ਲੈ ਲਈ ਇੱਕ ਲੌਤੇ ਪੁੱਤ ਦੀ ਜਾਨ। ਪਾਣੀ ਵਾਲੀ ਟੈਂਕੀ ਤੇ ਚੜ ਖਿੱਚ ਰਿਹਾ ਸੀ ਫੋਟੋਆਂ। ਪੌੜੀਆਂ ਟੁੱਟਣ ਨਾਲ 100 ਫੁੱਟ ਤੋਂ ਹੇਠਾਂ ਡਿੱਗਾ ਨੌਜਵਾਨ। ਜੀ ਹਾਂ, ਸੈਲਫੀ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ, ਜੋ ਕਿ ਪਾਣੀ ਦੀ ਟੈਂਕੀ ਤੇ ਚੜ ਕੇ ਕਬੂਤਰਾਂ ਦੇ ਨਾਲ ਆਪਣੀਆਂ ਸੈਲਫੀਆਂ ਲੈ ਰਿਹਾ ਸੀ ਤਾਂ ਅਚਾਨਕ ਹੀ ਪੌੜੀਆਂ ਟੁੱਟ ਗਈਆਂ ਤੇ 100 ਫੁੱਟ ਉੱਪਰੋਂ ਇਹ ਨੌਜਵਾਨ ਹੇਠਾਂ ਜ਼ਮੀਨ ਤੇ ਡਿੱਗ ਗਿਆ ਤੇ ਥਾਈ ਹੀ ਉਸਦੀ ਜਾਨ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਇੱਕ ਦੋਸਤ ਦੇ ਨਾਲ ਪਿੰਡ ਦੇ ਵਿੱਚ ਹੀ ਬਣੀ ਇੱਕ ਪੁਰਾਣੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਕਿ ਕਬੂਤਰਾਂ ਨਾਲ ਫੋਟੋਆਂ ਖਿੱਚਣੀਆਂ ਨੇ। ਟੈਂਕੀ ਤੇ ਚੜ ਕੇ ਜਦੋਂ ਕਬੂਤਰਾਂ ਦੇ ਨਾਲ ਸੈਲਫੀਆਂ ਲੈਣ ਲੱਗਾ ਤਾਂ ਅਚਾਨਕ ਹੀ ਟੈਂਕੀ ਦੀਆਂ ਪੌੜੀਆਂ ਟੁੱਟ ਗਈਆਂ ਤੇ ਇਹ ਮੁੰਡਾ 100 ਫੁੱਟ ਉੱਪਰੋਂ ਹੇਠਾਂ ਜ਼ਮੀਨ ਤੇ ਡਿੱਗ ਗਿਆ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਇੱਥੇ ਇਹ ਦੱਸ ਦਈਏ ਕਿ ਇਹ ਮਾਪਿਆਂ ਦਾ ਇੱਕੋ ਇੱਕ ਪੁੱਤ ਸੀ, ਇੱਕੋ ਇੱਕ ਸੰਤਾਨ, ਇੱਕੋ ਇੱਕ ਸਹਾਰਾ ਸੀ ਜੋ ਸੈਲਫੀ ਦੇ ਚੱਕਰ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠਾ ਹੈ। 16 ਸਾਲਾਂ ਅੰਕਿਤ, ਜੋ ਕਿ ਆਪਣੇ ਹੀ ਪਿੰਡ ਵਿੱਚ ਬਣੀ ਇੱਕ ਪੁਰਾਣੀ ਵਾਟਰ ਵਰਕਸ ਦੀ ਟੈਂਕੀ ਤੇ ਚੜ ਗਿਆ ਤੇ ਟੈਂਕੀ ਤੇ ਚੜ ਕੇ ਸੈਲਫੀਆਂ ਲੈਣ ਲੱਗ ਗਿਆ। ਇਸੇ ਦੌਰਾਨ ਹੀ ਅਚਾਨਕ ਇਸ ਟੈਂਕੀ ਦੀਆਂ ਪੌੜੀਆਂ ਟੁੱਟ ਗਈਆਂ ਤੇ ਇਹ ਨੌਜਵਾਨ 100 ਫੁੱਟ ਉੱਪਰੋਂ ਹੇਠਾਂ ਜ਼ਮੀਨ ਤੇ ਡਿੱਗਿਆ। ਜਿਵੇਂ ਹੀ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹ ਧਾਹਾਂ ਮਾਰ ਮਾਰ ਰੋਣ ਲੱਗ ਗਏ। ਮਾਪਿਆਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ, ਕਿਉਂਕਿ ਅੰਕਿਤ ਇੱਕੋ ਇੱਕ ਸੰਤਾਨ ਸੀ ਇਹਨਾਂ ਮਾਪਿਆਂ ਦੀ, ਇੱਕੋ ਇੱਕ ਸਹਾਰਾ ਸੀ ਜੋ ਹੁਣ ਨਹੀਂ ਰਿਹਾ ਹੈ। ਹਾਲਾਂਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਸੈਲਫੀ ਲੈਂਦਿਆਂ ਹੋਇਆ ਕੋਈ ਹਾਦਸਾ ਹੋਇਆ ਹੋਵੇ ਜਾਂ ਕਿਸੇ ਨੂੰ ਜਾਨ ਤੋਂ ਹੱਥ ਧੋਣਾ ਪਿਆ ਹੋਵੇ। ਇਹ ਕਈ ਵਾਰ ਦੇਖਿਆ ਜਾ ਚੁੱਕਿਆ ਹੈ ਕਿ ਸੈਲਫੀ ਲੈਣ ਦੇ ਚੱਕਰ ਵਿੱਚ ਇੰਨਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਕਿ ਕਿਤੇ ਉਹਨਾਂ ਦੀ ਜਾਨ ਜੋਖਮ 'ਚ ਤਾਂ ਨਹੀਂ ਹੈ। ਅਜਿਹੇ ਕੁਝ ਵਾਪਰਿਆ ਹੈ ਅਬੋਹਰ ਦੇ ਵਿੱਚ। ਅਬੋਹਰ ਦੇ ਹੀ ਪਿੰਡ 'ਚ ਬਣੀ ਪੁਰਾਣੀ ਝੱਜਰ ਵਾਟਰ ਵਰਕਸ ਦੇ ਅੰਦਰ ਇਹ ਮੁੰਡਾ ਚਲਾ ਜਾਂਦਾ ਹੈ, ਪੌੜੀਆਂ ਚੜ੍ਹ ਕੇ ਟੈਂਕੀ 'ਤੇ ਖੜ੍ਹਾ ਹੋ ਜਾਂਦਾ ਹੈ ਅਤੇ ਕਬੂਤਰਾਂ ਦੇ ਨਾਲ ਸੈਲਫੀਆਂ ਲੈਣ ਲੱਗ ਪੈਂਦਾ। ਇਸੇ ਦੌਰਾਨ ਹੀ ਇਹ ਹਾਦਸਾ ਵਾਪਰ ਜਾਂਦਾ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ ਅੰਕਿਤ ਜੋ ਹੁਣ ਨਹੀਂ ਰਿਹਾ ਹੈ। ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਟੈਂਕੀ ਕਾਫੀ ਪੁਰਾਣੀ ਹੋ ਚੁੱਕੀ ਹੈ ਤੇ ਇਸਨੂੰ ਹੁਣ ਢਾਹ ਦੇਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਕੋਈ ਹਾਦਸਾ ਨਾ ਵਾਪਰੇ। ਦੂਜੇ ਪਾਸੇ ਮਾਪਿਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਕਿਤੇ ਸੈਲਫੀਆਂ ਦੇ ਜਾਂ ਮੋਬਾਈਲ ਦੇ ਚੱਕਰ 'ਚ ਆਪਣੀ ਜਾਨ ਤਾਂ ਨਹੀਂ ਜੋਖਮ 'ਚ ਪਾ ਰਹੇ। ਇੱਥੇ ਵੀ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਜਦੋਂ ਇਹ ਮੁੰਡਾ ਟੈਂਕੀ 'ਤੇ ਚੜ੍ਹ ਰਿਹਾ ਸੀ ਤਾਂ ਕਿਸੇ ਵੱਲੋਂ ਰੋਕਿਆ ਨਹੀਂ ਗਿਆ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ ਅਤੇ ਉਸਦੀ ਜਾਨ ਚਲੀ ਗਈ ਹੈ। ਕੱਲ੍ਹ ਲਗਭਗ ਟਾਈਮ ਸੀ 7:30 ਦਾ ਸ਼ਾਮ ਦਾ, ਅਤੇ ਇੱਕ ਅੰਕੁਸ਼ ਨਾਮ ਦਾ ਵਿਅਕਤੀ ਪੁਲਾਰ ਤੋਂ ਬਿਲੋਂਗ ਕਰਦਾ ਸੀ। ਕਿੰਨੀ ਉਮਰ ਹੈ? ਉਮਰ ਸੀ ਨੀਅਰ ਅਬਾਊਟ ਹੁੰਦੀ ਜੀ 16-17 ਸਾਲ ਦਾ ਜਵਾਕ ਸੀ, ਅਨਮੈਰਿਡ ਸੀ। ਅਤੇ ਉਹ ਬੱਚਾ ਉੱਥੇ ਪਿੰਡ 'ਚ ਦੋ ਭਰਾ ਆਏ ਹੋਏ ਸੀ ਇੱਥੇ ਮੋਟਰਸਾਈਕਲ 'ਤੇ। ਇੱਕ ਉਹਦਾ ਜਿਹੜਾ ਛੋਟਾ ਭਰਾ ਸੀ ਉਹ ਇੱਥੇ ਗੋਲ ਗੱਪੇ ਦੀ ਰੇਹੜੀ ਲੱਗਦੀ ਹੈ ਇੱਥੇ ਰੋਡ 'ਤੇ, ਉੱਥੇ ਖੜ੍ਹਾ ਸੀ, ਗੋਲ ਗੱਪੇ ਖਾ ਰਿਹਾ ਸੀ। ਅਤੇ ਉਹਦਾ ਇੱਕ ਛੋਟਾ ਭਰਾ ਸੀ, ਉਹ ਉੱਥੇ ਨਾਲ ਤਾਂ ਸੈਲਫੀ ਦੇ ਚੱਕਰ 'ਚ ਉੱਤੇ ਚੜਿਆ ਸੀ, ਨਾਲ ਉੱਥੇ ਕੋਈ ਕਬੂਤਰ ਸੀ ਬੈਠਾ ਸੀ। ਅਤੇ ਉਹ ਕਹਿੰਦੇ ਵੀ ਉਹਦੇ ਕਬੂਤਰ ਨਾਲ ਖੜ ਕੇ ਉਹਦੇ ਸੈਲਫੀ ਸੁਲਫੀ ਲੈਣ ਦੇ ਚੱਕਰ 'ਚ ਉੱਤੇ ਚੜਿਆ ਸੀ, ਕਬੂਤਰ ਸੀ ਉੱਤੇ ਬੈਠਾ ਸੀ ਟੈਂਕੀ 'ਤੇ। ਅਤੇ ਜਦੋਂ ਉਹ ਉੱਤੇ ਚੜਿਆ ਟੈਂਕੀ ਪੌੜੀਆਂ ਦੇ ਥਰੂ ਚੜਿਆ ਤਾਂ ਅਚਾਨਕ ਉਹ ਪੌੜੀ ਟੁੱਟ ਗਈ, ਉਤਲੀ ਜਿਹੜੀ ਸਿਮਟਡ ਬਣੀ ਹੋਈ ਸੀ ਉਹ ਪੌੜੀ ਟੁੱਟ ਗਈ। ਉਹ ਪੌੜੀ ਟੁੱਟਣ ਨਾਲ ਉਹਦੇ ਥੱਲੇ ਡਿੱਗ ਪਏ ਅਤੇ ਥੱਲੇ ਡਿੱਗਣ ਦੇ ਕੋਈ 2-4 ਮਿੰਟ ਬਾਅਦ ਉਹਦੀ ਇੱਥੇ ਹੀ ਡੈਥ ਹੋ ਗਈ ਸੀ। ਇਹ ਟੈਂਕੀ ਜੀ ਪਿਛਲੇ ਜੀ 15-20 ਸਾਲਾਂ ਤੋਂ ਬੰਦ ਹੀ ਹੈ ਜੀ। ਜੀ ਮੈਂ ਪਿਛਲੇ ਜਦੋਂ ਸਰਪੰਚ ਬਣਿਆ ਸੀ ਉਦੋਂ ਹੀ ਮੈਂ ਮਹਿਕਮੇ ਨੂੰ ਤਲਾਹ ਕੀਤੀ ਸੀ
ਹੁਣ ਵੀ ਮੈਂ ਕਰਦਾ ਰਿਹਾ, ਜਦੋਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਜਾਂਦਾ ਤਾਂ ਆਫਿਸ ਤਾਂ ਮੈਂ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਕਹਿੰਦਾ ਵੀ ਸਰ ਇਹ ਟੰਕੀ ਸਾਡੇ ਪਿੰਡ ਦੇ ਲਈ ਯੂਜਫੁਲ ਨਹੀਂ ਹੈ, ਇਹ ਕਾਫੀ ਪੁਰਾਣੀ ਹੋ ਚੁੱਕੀ ਹੈ ਅਤੇ ਡੈਮੇਜ ਵੀ ਹੋ ਚੁੱਕੀ ਹੈ, ਇਹਦਾ ਵੀ ਪ੍ਰਸ਼ਾਸਨ ਇਹਨੂੰ ਨਾ ਵੀ ਡਿਸਪੋਜ ਕਰਾਏ, ਕਿਉਂ ਇਹਨੂੰ ਡਿਗਵਾ ਦੇ ਤਾਂ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਕਿਉਂਕਿ ਇਹਦੇ ਤੋਂ ਆਪਾਂ ਮੈਂ ਪਹਿਲੇ ਅਸੀਂ ਇਹਦੇ ਆਪ ਦੀ ਤਰਫੋਂ ਮੈਂ ਇਹਨਾਂ ਦੀ ਤਾਰਬੰਦੀ ਕੋਈ ਤਾਰਬੰਦੀ ਵਗੈਰਾ ਇਹਨਾਂ ਦੀ ਕਰਾਈ ਸੀ ਸਟਾਰਟਿੰਗ 'ਚ ਜੀ, ਉਸ ਤੋਂ ਬਾਅਦ ਬੱਚੇ ਜਿਹੜੇ ਹੁੰਦੇ ਆ ਉਹ ਤਾਰ ਦੇ ਉੱਤੋਂ ਹੀ ਲੰਘ ਕੇ ਟੈਂਕੀ 'ਤੇ ਚੜ ਜਾਂਦੇ ਆ, ਜਦੋਂ ਕਿਸੇ ਨੂੰ ਪਤਾ ਚੱਲਦਾ ਅਸੀਂ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਬੱਚੇ ਤਾਂ ਬੱਚੇ ਹੀ ਹੁੰਦੇ ਆ ਜੀ, ਉਹ ਕਿਸੇ ਦੀ ਗੱਲ ਨੂੰ ਵੇਖਦੇ ਨਹੀਂ, ਅਤੇ ਕੱਲ੍ਹ ਜਿਹੜੀ ਸ਼ਾਮ ਨੂੰ ਘਟਨਾ ਵਾਪਰੀ ਸੀ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਸਾਡੇ ਪਿੰਡ ਲਈ ਵੀ ਦੁਖਦਾਈ ਦਾ ਉਹਦੇ ਮਾਂ ਪਿਓ ਉਹਨਾਂ ਵਾਸਤੇ ਵੀ ਮੰਦਭਾਗੀ। ਹੁਣ ਜੀ ਅਸੀਂ ਤਾਂ ਜਿਹੜਾ ਸਾਡਾ ਕੰਮ ਹੈ ਜੀ ਪਿੰਡ ਦਾ, ਅਸੀਂ ਤਾਂ ਤਾਰ ਅੱਜ ਸਵੇਰੇ ਅਸੀਂ ਤਾਰ ਲਵਾ ਦਿਆਂਗੇ ਜੀ ਇਹਨਾਂ ਨੂੰ, ਪਰ ਫਿਰ ਵੀ ਜੀ ਅਸੀਂ ਤਾਂ ਮੈਂ ਤਾਂ ਤੁਹਾਡੇ ਨਿਊਜ਼ ਦੇ ਥਰੂ ਇੱਕ ਪ੍ਰਸ਼ਾਸਨ ਨੂੰ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਪਿੰਡ ਦੇ ਸਰਪੰਚ ਦੇ ਨਾਤੇ ਹੋਣ ਨਾਲ ਜੇ ਮੇਰੀ ਪੰਚਾਇਤ ਪਿੱਛੇ ਖੜੀ ਹੈ ਇਹਨਾਂ ਦੇ ਸਾਰਿਆਂ ਨੇ, ਇਹੀ ਸਾਡੀ ਅਨੁਰੋਧ ਹੈ ਪ੍ਰਸ਼ਾਸਨ ਤੋਂ ਵੀ ਜਲਦ ਤੋਂ ਜਲਦ ਇਸ ਟੈਂਕੀ ਨੂੰ ਡਿਸਟੋਪ ਕਰਾਇਆ ਜਾਵੇ, ਕਿਉਂਕਿ ਇਹਨੂੰ ਡਿਗਾਇਆ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਕਿਸੇ ਜੀਅ ਦਾ ਜਾਂ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਨਾ ਹੋਵੇ। ਕੱਲ੍ਹ ਅੰਕੁਸ਼ ਨਾਮ ਕੋ ਵਿਅਕਤੀ ਹੋ ਤੋ ਅਠ ਕੱਲ੍ਹ ਸ਼ਾਮ ਕੋ ਟਾਈਮ ਹੋ ਜੀ ਕਬ ਕਰੀਬ 7:30 ਕੋ ਟਾਈਮ ਹੋ ਗਿਓ, ਤੋ ਵੇ ਦੋ ਭਾਈ ਆ ਕੇ ਤਿੰਨ ਭਾਈ ਆ ਵੀ ਹੇਠਾਂ ਆਇਆ ਗਾ, ਮੈਂ ਗੋਲ ਗੱਪਾ ਖਾਵਾ ਜਾਂ ਕੀ ਕਰਾਂ, ਉਹ ਟੈਂਕੀ ਪਰ ਚੜ ਗਿਓ ਇੱਕ ਅੰਕੁਸ਼, ਤੋ ਟੈਂਕੀ ਕੇ ਉੱਪਰ ਕੋਈ ਕਬੂਤਰ ਬੈਠੇ ਹੋ ਵੀ ਪਕੜਨ ਦੇ ਚੱਕਰਾਂ ਮੈਂ ਸੈਲਫੀ ਲੈਣ ਦੇ ਚੱਕਰਾਂ ਉਹ ਚੜ ਗਿਓ, ਚੜਨ ਕੇ ਬਾਅਦ ਟੈਂਕੀ ਕੇ ਸਿਮਟਡ ਹੀ ਵਾ ਗਿਰ ਚੁੱਕੀ, ਡੈਮੇਜ ਹੀ ਵੀ, ਤੋ ਪਹਿਲਾਂ ਪੜਤਾ ਹੀ ਸਪੋਰਟ ਹੀ ਮੌਕੇ ਪਰ ਮੌਤ ਹੀ ਹੋ ਗਈ, ਤੋ ਉਸਕੇ ਪਰਿਵਾਰ ਨੇ ਔਰ ਪੁਲਿਸ ਨੇ ਸੂਚਿਤ ਵੀ ਕਰ ਗਏ, ਉਹ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰੀ ਔਰ ਮੰਦਭਾਗੀ ਘਟਨਾ ਹੈ ਜਗ੍ਹਾ ਇੱਕ ਜਵਾਨ ਗਿਓ ਹੈ, ਇਹ ਅਕੇਲੋ ਹੀ ਬਤਾਵੇ ਬਹੁਤ ਮਾੜੀ ਘਟਨਾ ਹੋਈ ਹੈ। ਘਰ ਮੈਂ ਤਾਂ ਤਾਸ ਖੇਲਾ ਉੱਠ ਯਾਰ, ਫਿਰ ਬਾਅਦ ਮੈਂ ਛੱਡਿਓ ਮੈਂ ਕਰਨਾ ਕੋਈ ਨਹੀਂ, ਬਹੁਤ ਪੜ ਗਿਓ ਉੱਪਰੋਂ ਪੜਤਾ ਹੀ ਆਪਣੇ ਟੰਕੀ 'ਤੇ ਕੋਈ ਕਬੂਤਰ ਹੋ ਬਹੁਤ ਪਾਰੋ ਉੱਪਰ ਤੇ ਬੈਠ ਗਿਆ ਬਹੁਤ ਬਣ ਜਾਓ, ਹਾਂ ਉਡਾ ਰੱਖਿਆ ਵਾਂ ਕਬੂਤਰੇ।